ਸਤਿ ਸ਼੍ਰੀ ਅਕਾਲ ਜੀ ਸਾਰੇ ਜਾਣਦੇ ਹਨ ਕਿ ਪੇਪਰਾਂ ਦੇ ਵਿੱਚ ਪਾਸ ਹੋਣ ਦੇ ਲਈ 33% ਨੰਬਰ ਚਾਹੀਦੇ ਹਨ ਪਰ ਕੀ ਕਦੇ ਕਿਸੇ ਨੇ ਇਹ ਸੋਚਿਆ ਹੈ ਕਿ 33% ਹੀ ਕਿਉਂ 40 ਜਾਂ ਫਿਰ 50% ਕਿਉਂ ਨਹੀਂ ਜ਼ਿਆਦਾਤਰ ਲੋਕ ਇਹ ਸਮਝਦੇ ਹਨ ਕਿ ਸਕੂਲ ਨੰਬਰਾਂ ਦਾ ਤੀਜਾ ਹਿੱਸਾ ਪਾਸ ਹੋਣ ਵਾਸਤੇ ਬਹੁਤ ਹੈ ਪਰ ਅਸਲ ਗੱਲ ਕੁਝ ਹੋਰ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਪਾਸ ਪਰਸੈਂਟੇਜ 60 ਹੈ ਜਦਕਿ ਇੰਡੀਆ ਤੇ ਪਾਕਿਸਤਾਨ ਦੇ ਵਿੱਚ 33% ਹੈ ਦੋਸਤੋ ਬਾਹਲੀ ਕੰਟਰੀਜ਼ ਦੇ ਵਿੱਚ ਪਾਸ ਹੋਣ ਦੇ ਲਈ 60 ਜਾਂ 65% ਲੈਣੇ ਜ਼ਰੂਰੀ ਹਨ ਪਰ ਇੰਡੀਆ ਤੇ ਪਾਕਿਸਤਾਨ ਦੇ ਵਿੱਚ 33% ਹੀ ਲੈਣੇ ਕਿਉਂ ਜ਼ਰੂਰੀ ਹਨ ਇਸ ਬਾਰੇ ਕਦੇ ਕਿਸੇ ਨੇ ਨਹੀਂ ਸੋਚਿਆ ਅਸਲ ਦੇ ਵਿੱਚ ਇੰਡੀਅਨ ਐਜੂਕੇਸ਼ਨ ਸਿਸਟਮ ਦੇ ਵੱਲੋਂ ਇਹ ਰੂਲ ਲਾਗੂ ਨਹੀਂ ਕੀਤਾ ਗਿਆ ਸੀ ਸਗੋਂ ਬ੍ਰਿਟਿਸ਼ ਲੋਕਾਂ ਦੇ ਵੱਲੋਂ ਕੀਤਾ ਗਿਆ ਸੀ ਜਿਸ ਦਾ ਅਸਲ ਕਾਰਨ ਇਹ ਹੈ ਕਿ 1858 ਦੇ ਵਿੱਚ ਪਹਿਲੀ ਵਾਰ ਭਾਰਤ ਦੇ ਵਿੱਚ ਮੈਟ੍ਰਿਕ ਦੀ ਪ੍ਰੀਖਿਆ ਲਈ ਗਈ ਸੀ ਉਦੋਂ ਇਹ ਸਵਾਲ ਪੈਦਾ ਹੁੰਦਾ ਸੀ ਕਿ ਕਿੰਨੀ ਪਰਸੈਂਟੇਜ ਵਾਲਾ ਪਾਸ ਮੰਨਿਆ ਜਾਵੇਗਾ ਅਸਲ ਦੇ ਵਿੱਚ ਬ੍ਰਿਟਿਸ਼ ਲੋਕ ਇਹ ਸਮਝਦੇ ਸਨ ਕਿ ਭਾਰਤੀ ਲੋਕ ਅੱਧੀ ਅਕਲ ਦੇ ਮਾਲਕ ਹਨ ਤੇ ਉਹ ਉਹਨਾਂ ਦੇ ਮੁਕਾਬਲੇ ਆਪਣਾ ਅੱਧਾ ਦਿਮਾਗ ਵਰਤੋਂ ਵਿੱਚ ਲੈ ਕੇ ਆਉਂਦੇ ਹਨ ਇਸ ਕਰਕੇ ਉਹਨਾਂ ਨੇ ਇਹ ਹੱਲ ਕੱਢਿਆ ਕਿ ਜੇਕਰ ਸਾਡੀ ਕੰਟਰੀ ਦੇ ਵਿੱਚ 60 ਜਾਂ 65% ਪਾਸ ਵਾਸਤੇ ਲੈਣੇ ਜ਼ਰੂਰੀ ਹਨ ਤਾਂ ਉਸ ਦਾ ਅੱਧਾ ਹਿੱਸਾ ਭਾਰਤੀਆਂ ਵਾਸਤੇ ਜ਼ਰੂਰੀ ਕਰ ਦਿੱਤਾ ਜਾਵੇਗਾ ਜਿਵੇਂ ਕਿ ਉਹਨਾਂ ਕੰਟਰੀਆਂ ਦੇ ਵਿੱਚ ਪਾਸ ਹੋਣ ਦੇ ਲਈ 65% ਜ਼ਰੂਰੀ ਸੀ ਤਾਂ ਉਸ ਦਾ ਅੱਧਾ ਹਿੱਸਾ 32.5% ਭਾਰਤੀਆਂ ਵਾਸਤੇ ਜ਼ਰੂਰੀ ਕਰ ਦਿੱਤਾ ਗਿਆ 1858 ਤੋਂ 1861 ਤੱਕ 32% ਹੀ ਪਾਸ ਹੋਣ ਵਾਸਤੇ ਲੈਣੇ ਜ਼ਰੂਰੀ ਸਨ ਪਰ ਬਾਅਦ ਵਿੱਚ ਇਹਨਾਂ ਨੂੰ 33% ਕਰ ਦਿੱਤਾ ਗਿਆ ਤਾਂ ਕਿ ਪਰਸੈਂਟੇਜ ਗਣਨੀ ਸੌਖੀ ਹੋ ਜਾਵੇ ਪਰ ਇੱਥੇ ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਉਹ ਤਾਂ ਪੁਰਾਣੇ ਸਮਿਆਂ ਦੀ ਗੱਲ ਸੀ ਜਦੋਂ 33% ਨੰਬਰ ਜ਼ਰੂਰੀ ਕਰ ਦਿੱਤੇ ਗਏ ਸਨ ਹੁਣ ਸਮਾਂ ਕਿਉਂ ਨਹੀਂ ਬਦਲ ਰਿਹਾ ਪਾਕਿਸਤਾਨ ਦੇ ਵੱਲੋਂ ਵੀ 33% ਤੋਂ ਵਧਾ ਕੇ ਪਾਸ ਪਰਸੈਂਟੇਜ 40 ਕਰ ਦਿੱਤੀ ਗਈ ਹੈ ਅਸਲ ਦੇ ਵਿੱਚ ਜਦੋਂ ਕੰਪੀਟੀਸ਼ਨ ਸੌਖਾ ਹੁੰਦਾ ਹੈ ਤਾਂ ਬੱਚੇ 33% ਨੰਬਰ ਲੈਣ ਵਾਸਤੇ ਘੱਟ ਮਿਹਨਤ ਕਰਦੇ ਹਨ ਤੇ ਜੇਕਰ ਇਸ ਕੰਪੀਟੀਸ਼ਨ ਨੂੰ ਥੋੜਾ ਔਖਾ ਕਰ ਦਿੱਤਾ ਜਾਵੇ ਅਤੇ ਪਾਸ ਪਰਸੈਂਟੇਜ ਵਧਾ ਦਿੱਤੀ ਜਾਵੇ ਤਾਂ ਬੱਚੇ ਜ਼ਿਆਦਾ ਮਿਹਨਤ ਕਰਨਗੇ ਤੇ ਜ਼ਿਆਦਾ ਹੁਸ਼ਿਆਰ ਤੇ ਜ਼ਿਆਦਾ ਤੇਜ਼ ਵੀ ਹੋਣਗੇ ਸ਼ਾਇਦ یہی ਕਾਰਨ ਹੈ ਕਿ ਬਾਹਰੀ ਕੰਟਰੀਜ਼ ਦੇ ਵਿੱਚ ਬੱਚੇ 60 ਜਾਂ 65% ਲੈਣ ਵਾਸਤੇ ਜ਼ਿਆਦਾ ਮਿਹਨਤ ਕਰਦੇ ਹਨ ਤੇ ਸਾਡੇ ਨਾਲੋਂ ਜ਼ਿਆਦਾ ਅੱਗੇ ਹਨ ਤੁਹਾਡੀ ਇਸ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਣਾ ਤੇ ਅਜਿਹੀਆਂ ਹੋਰ ਵੀਡੀਓਜ਼ ਲਈ ਫੋਲੋ ਕਰੋ ਸਿਟੀ ਇਨਫੋ ਮੀਡੀਆ ਨੂੰ